हेलो दोस्तों, पंजाब एंड हरियाणा हाई कोर्ट दे जिहड़ी क्लर्क दी वैकेंसी आई सी पंजाब लई, तां उहदा तुहानू पता दस ही दित्ता गया कि तुहाडे एग्जाम 19 तरीक तों स्टार्ट हो रहे आ, ते नाले वी दस्सिया कि तुहाडे 19 तरीक नूं एडमिट कार्ड आ जाणगे। नाल ना एक लाइन दसी गई सी जदों इंस्ट्रक्शन गईआं सी, उहदे विच दस्सिया गया है कि तुहानू इक डैमो वीडियो दित्ती जाऊगी जी, कि तुहाडा जिहड़ा पेपर कंप्यूटर ते किद्दां दा आउणा वा, किद्दां दे सवाल होणे आ, किद्दां तुसीं सेव करना, किद्दां सारा कुछ दस्सिया गया वा। ਤਾਂ ਕਈ ਜਣੇ ਮੈਨੂੰ ਪੁੱਛ ਰਿਹਾ ਸੀ ਪੇਪਰ ਦਾ ਸਿਲੇਬਸ ਕੀ ਆਉਣਾ ਵਾ, ਕਿੱਦਾਂ ਦੇ ਸਵਾਲ ਆਉਣੇ ਆ। ਤਾਂ ਜਿਹੜੀ ਮੌਕ ਟੈਸਟ ਦਿੱਤਾ ਗਿਆ ਜੀ ਇਹਦਾ, ਤਾਂ ਉਹਦੇ ਅਕੋਰਡਿੰਗ ਤੁਹਾਨੂੰ ਇੱਦਾਂ ਦੇ ਸਵਾਲ ਆਉਣਗੇ, ਉਹਦੇ ਅਕੋਰਡਿੰਗ ਆਪਣੀ ਤਿਆਰੀ ਕਰ ਲਓ ਜੀ ਸਾਰਿਆਂ ਨੇ। ਤਾਂ ਮੌਕ ਟੈਸਟ ਤੁਸੀਂ ਕਿੱਦਾਂ ਦੇਖ ਸਕਦੇ ਹੋ ਜੀ, ਅਤੇ ਤੁਹਾਨੂੰ ਪਤਾ ਕਿ ਇੱਕ ਹੋਰ ਕਲਰਕ ਦੀ ਵੈਕੈਂਸੀ ਇਹ ਸੀ, ਕਈਆਂ ਨੂੰ ਪਤਾ ਲੱਗ ਰਿਹਾ ਸੀ, ਕਈ ਕਹਿ ਰਹੇ ਕਿ ਸਾਨੂੰ ਲੱਭ ਨਹੀਂ ਰਿਹਾ ਮੌਕ ਟੈਸਟ ਕਿੱਥੋਂ ਕਰਨਾ ਵਾ, ਕਿੱਦਾਂ ਦੇ ਸਵਾਲ ਆ। ਤਾਂ ਤੁਸੀਂ ਸਵਾਲ ਨੋਟ ਕਰ ਲਿਓ ਜੀ, ਕਿੱਦਾਂ ਦੇ ਸਵਾਲ ਆ ਰਹੇ ਉਹਦੇ ਅਕੋਰਡਿੰਗ ਉੱਦਾਂ ਦੇ ਹੀ ਤੁਹਾਨੂੰ ਸਵਾਲ ਆਉਣਗੇ ਜੀ। ਅਤੇ ਆਪਣੀ ਤਿਆਰੀ ਜਿਨ੍ਹਾਂ ਨੇ ਕਰਨੀ ਆ ਤਾਂ ਉਹ ਚੀਜ਼ ਨੂੰ ਜ਼ਰੂਰ ਦੇਖ ਲੈਣ। ਤੁਸੀਂ ਗੂਗਲ ਜਾਂ ਕਰੋਮ 'ਤੇ SSC.government.in, ਠੀਕ ਆ, ਇਹਨੂੰ ਕਰਨ ਤੋਂ ਬਾਅਦ ਤੁਸੀਂ SSC ਵਾਲੇ 'ਤੇ ਕਲਿੱਕ ਕਰ ਚਲ ਜਾਣਾ ਵਾ। ਤਾਂ ਤੁਹਾਡੇ ਸਾਹਮਣੇ ਇੱਦਾਂ ਦੀ ਆਪਸ਼ਨ ਆਉਣੀ ਆ, ਤਾਂ ਤੁਸੀਂ ਦੂਜੇ ਕਲਰਕ ਵਾਲੇ 'ਤੇ ਕਲਿੱਕ ਕਰ ਦੇਣਾ। ਅਤੇ ਤੁਹਾਨੂੰ ਵੀ ਪਤਾ ਕਿ ਐਗਜ਼ਾਮ ਡੇਟ ਦੀ ਨੋਟੀਫਿਕੇਸ਼ਨ ਵੀ ਆਇਆ ਵਾ ਐਡਮਿਟ ਕਾਰਡ ਕਦੋਂ ਹੋਣੀ, ਉਹਦੇ ਬਾਰੇ ਵੀ ਦੱਸਿਆ ਗਿਆ ਵਾ ਜੀ, ਨਾਲ ਮੌਕ ਟੈਸਟ ਬਾਰੇ ਦੱਸਿਆ ਗਿਆ ਸੀ, ਉਹਦੇ ਬਾਰੇ ਸਾਰਿਆਂ ਨੂੰ ਪਤਾ ਵਾ। ਤਾਂ ਤੁਸੀਂ ਦੇਖ ਸਕਦੇ ਹੋ ਜੀ ਕੀ ਜੀ ਹੈਗਾ ਵਾ, ਅਤੇ ਡੈਮੋ ਲਿੰਕ ਫੋਰ ਪ੍ਰੈਕਟਿਸ, ਇੱਥੇ ਤੁਸੀਂ ਕਲਿੱਕ ਕਰੋਗੇ ਜੀ, ਇਹ ਤੋਂ ਬਾਅਦ ਸਾਈਨ ਇਨ ਕਰ ਦੇਣਾ। ਇੱਥੇ ਕੋਈ ਆਪਣਾ ਆਈ ਡੀ ਪਾਸਵਰਡ ਨਹੀਂ ਭਰਨ ਦੀ ਲੋੜ ਹੈਗੀ। ਤਾਂ ਤੁਹਾਨੂੰ ਦੱਸਿਆ ਕਿ ਕਿੱਦਾਂ ਦਾ ਆਊਗਾ ਪੇਪਰ, ਕਿ ਜੇ ਮੰਨ ਲਓ ਤੁਸੀਂ ਉਹਨੂੰ ਨਹੀਂ ਆਂਸਰ ਦਿੰਦੇ, ਠੀਕ ਆ, ਉਹ ਕਿੱਦਾਂ ਦਾ ਹੋਜੂਗਾ। ਜੇ ਤੁਸੀਂ ਆਂਸਰ ਦਿਓਗੇ, ਠੀਕ ਆ, ਜਸਟ ਸੇਵ ਕਰਕੇ, ਤਾਂ ਹਰਿਆ ਹੋਜੂਗਾ। ਜੇ ਉਹਨੂੰ ਤੁਸੀਂ ਕਿ ਰਿਵਿਊ ਵੀ ਰੱਖਣਾ ਚਾਹੁੰਦੇ ਹੋ ਕਿ ਬਾਅਦ 'ਚ ਅਸੀਂ ਵੇਖਣਾ ਚਾਹੁੰਦੇ ਹਾਂ, ਰਿਵਿਊ ਵੇਖਣਾ ਚਾਹੁੰਦੇ ਹਾਂ, ਰਿਵਿਊ ਵੀ ਕਰ ਸਕਦੇ ਹੋ, ਸਾਰਾ ਕੁਛ ਕਰ ਸਕਦੇ ਹੋ ਜੀ। ਉਹਦੇ ਰਿਗਾਰਡਿੰਗ ਕੋਈ ਇੰਸਟਰਕਸ਼ਨ ਦਿੱਤੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ, ਅਤੇ ਉਹ ਤੋਂ ਬਾਅਦ ਤੁਸੀਂ ਨੈਕਸਟ ਕਰ ਦੇਣਾ ਵਾ, ਉਹ ਤੋਂ ਬਾਅਦ ਇਹਨੂੰ ਓਕੇ, ਠੀਕ ਆ ਜੀ, ਅਤੇ ਆਈ ਐਮ ਰੈਡੀ ਟੂ ਬਿਗਨਿੰਗ ਕਰ ਦਿਓਗੇ। ਅਤੇ ਸਾਡੇ ਸਾਹਮਣੇ ਇੱਦਾਂ ਸਵਾਲ ਆਜੂਗਾ ਕਿ ਤੁਸੀਂ ਸਵਾਲ ਜਿਹੜਾ ਤੁਹਾਨੂੰ ਆਊਗਾ ਕਿੱਦਾਂ ਦਾ ਆਊਗਾ। ਮੈਂ ਦੂਜੀ ਸਾਈਡ ਮਤਲਬ ਕਿ ਕਰਦਾ ਜੀ, ਸਾਈਡ ਘੁਮਾਉਣਾ ਵਾ ਇਹਨੂੰ, ਰੋਟੇਟ ਕਰਦਾ, ਤਾਂ ਤੁਹਾਡੇ ਸਾਹਮਣੇ ਇੱਦਾਂ ਦਾ ਆਊਗਾ ਜੀ ਕਿ ਇੰਗਲੈਂਡ ਮਤਲਬ ਕਿ ਕਿੱਥੇ ਉਹ ਹੈਗਾ ਵਾ, ਉਹਦੀ ਕੋਈ ਚੀਜ਼ ਪੁੱਛੀ ਆ ਜੀ, ਕੋਈ ਗੇਮ ਵਗੈਰਾ ਕੁਛ ਪੁੱਛਿਆ ਵਾ, ਉਹ ਤੁਹਾਨੂੰ ਕੁਸ਼ਚਨ ਲੱਭ ਲੈਣਾ ਵਾ। ਉਹਨੂੰ ਜੇ ਮਤਲਬ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ, ਜੇ ਮਤਲਬ ਇਹਨੂੰ ਤੁਸੀਂ ਕਲਿੱਕ ਕਰ ਲਿਓ, ਪੋਲੋ ਕਰ ਲਿਆ ਵਾ, ਠੀਕ ਆ, ਉਹ ਤਾਂ ਮਤਲਬ ਕਿ ਤੁਹਾਨੂੰ ਪਤਾ ਕਿ ਸਹੀ ਆ ਜੀ, ਉਹ ਤੋਂ ਬਾਅਦ ਸੇਵ ਨੈਕਸਟ ਕਰਨਾ ਪੈਣਾ ਵਾ ਤੁਹਾਨੂੰ, ਮਤਲਬ ਕਿ ਤੁਹਾਡਾ ਪੇਪਰ ਹੋ ਗਿਆ ਵਾ। ਜੇ ਮੰਨ ਲਓ ਤੁਸੀਂ ਇਹਨੂੰ ਕਰਨਾ ਚਾਹੁੰਦੇ ਹੋ ਕਿ ਨਹੀਂ ਮੈਂ ਸਵਾਲ ਨਹੀਂ ਕਰਨਾ, ਅਤੇ ਅੱਗੇ ਕਰਨਾ ਚਾਹੁੰਦਾ ਵਾਂ, ਅਤੇ ਜਾਂ ਮਾਰਕ ਕਰਨਾ, ਰਿਵਿਊ ਕਰਨਾ ਚਾਹੁੰਦਾ ਕਿ ਮੈਂ ਬਾਅਦ 'ਚ ਨੂੰ ਦੇਖਣਾ ਚਾਹੁੰਦਾ, ਤਾਂ ਇਹਨੂੰ ਮਾਰਕ ਵਾਲੇ ਕਲਿੱਕ ਕਰ ਦੋਗੇ, ਉਹ ਜਾਣੂ ਹੋ ਗਿਆ, ਠੀਕ ਆ ਜੀ। ਇੱਦਾਂ ਤੁਹਾਨੂੰ ਸਵਾਲ ਸਵਾਲ ਲਾਉਣਗੇ ਜੀ, ਅਤੇ ਤੁਹਾਡਾ ਵਿਆਹ ਪੇਪਰ ਆ ਕਿੱਦਾਂ ਦੇ, ਕਿਹੜੀ ਕਿਹੜੀ ਲੈਂਗੁਏਜ ਆਊ ਦੱਸਿਆ ਗਿਆ ਵਾ ਜੀ। ਅਤੇ ਤੁਹਾਨੂੰ ਪੇਪਰ 'ਚ ਆਉਣੀ ਆ ਜੀ, ਇੱਕ GK ਆਊਗੀ, ਇੱਕ ਮੈਥ ਆਊਗਾ, ਅਤੇ ਡਿਸਕ੍ਰਿਪਟਿਵ ਆਊਗਾ, ਠੀਕ ਆ, ਉਹ ਆਪਾਂ ਦੇਖ ਲੈਂਦੇ ਕਿੱਦਾਂ ਸਵਾਲ ਆਉਣਗੇ ਤੁਹਾਨੂੰ। ਤਾਂ 50 ਸਵਾਲ ਇਹਦੇ ਹੈਗੇ ਜਰਨਲ ਦੇ, ਇੰਗਲਿਸ਼ ਦੇ ਕਿਹੜੇ ਕਿੰਨੇ ਆਉਣੇ ਆ, ਠੀਕ ਆ, ਅਤੇ ਡਿਸਕ੍ਰਿਪਟਿਵ ਕਿਹੜਾ ਹੈਗਾ ਜੀ, ਉਹਦੇ ਵਿੱਚ ਕੀ ਆਉਣਾ ਵਾ, ਉਹਦੇ ਬਾਰੇ ਵੀ ਦੱਸਿਆ ਗਿਆ ਜੀ, ਤੁਸੀਂ ਦੇਖ ਸਕਦੇ ਹੋ ਜੀ। ਅਤੇ ਇਹਦੇ 4 ਸਵਾਲ ਦੱਸੇ ਆ ਜੀ, ਠੀਕ ਆ, ਕੀ ਆਉਣਾ ਵਾ, ਜਿੱਦਾਂ ਮੰਨ ਲਓ ਕਿ ਪੰਜਾਬੀ ਨਾ ਹੈਗਾ ਵਾ ਸਮਝ, ਪੰਜਾਬੀ ਤੋਂ ਇੰਗਲਿਸ਼ ਕਰਨੀ ਆ, ਠੀਕ ਆ, ਤਾਂ ਉਹ ਤੁਸੀਂ ਇਹਨੂੰ ਕਰੋਗੇ ਜੀ, ਠੀਕ ਆ। ਅਤੇ ਇੱਦਾਂ ਦੇ ਸਵਾਲ ਹੈਗੇ ਆ ਜੀ, ਅਤੇ ਜਿਨ੍ਹਾਂ ਨੇ ਵੀ ਇਹਦੇ ਲਈ ਅਪਲਾਈ ਕੀਤਾ ਜੀ, ਆਪਣਾ ਦੇਖ ਸਕਦੇ ਹੋ, ਅਤੇ ਉਹਦੇ ਅਕੋਰਡਿੰਗ ਆਪਣੀ ਤਿਆਰੀ ਰੱਖੋ ਜੀ। ਆਲ ਦੀ ਬੈਸਟ ਸਭ ਨੂੰ, ਅਤੇ ਇਹ ਸਵਾਲ ਜ਼ਰੂਰ ਇੱਕ ਵਾਰੀ ਦੇਖ ਲਓ ਕਿ ਕਿੱਦਾਂ ਸਵਾਲ ਤੁਹਾਨੂੰ ਆ ਰਹੇ ਆ, ਕਿੱਥੋਂ ਪੁੱਛ ਰਹੇ ਆ, ਉਹਦੇ ਅਕੋਰਡਿੰਗ ਆਪਣੀ ਤਿਆਰੀ ਰੱਖੋ, ਅਤੇ ਆਲ ਦੀ ਬੈਸਟ ਸਭ ਨੂੰ। ਅਤੇ ਜਿੱਦਾਂ ਰੈੱਡ ਫਲੈਗ ਇਜ਼ ਪ੍ਰੀਮੀਅਮ ਏਅਰ ਟੂ ਏਅਰ ਕੈਬਨਿਟ ਟ੍ਰੇਨਿੰਗ ਐਕਸਰਸਾਈਜ਼, ਠੀਕ ਆ, ਐਕਸਰਸਾਈਜ਼ ਜਿਹੜੀਆਂ ਹੋਈਆਂ ਨੇ, ਕਿਹੜੀਆਂ ਕਿਹੜੀਆਂ ਨੇ, ਕਿਹਦੇ ਕਿਹਦੇ ਵਿੱਚ ਹੋਈਆਂ ਨੇ ਇੰਡੀਆ ਦੇ ਵਿੱਚ, ਇੱਦਾਂ ਦੀਆਂ ਅਭਿਆਸ ਜੋ ਦੀ ਉਹਨੂੰ ਕਹਿ ਦਿੰਦੇ, ਇੱਦਾਂ ਦੀਆਂ ਚੀਜ਼ਾਂ। ਤਾਂ ਜਿਨ੍ਹਾਂ ਨੇ ਵੀ ਭਰਿਆ ਜੀ ਪੇਪਰ, ਉਹ ਦੇਖ ਲੈਣ ਕਿਹੜੀ ਲੈਂਗੁਏਜ ਤੁਹਾਨੂੰ ਪੇਪਰ ਆ ਰਿਹਾ ਵਾ, ਕਿੱਦਾਂ ਦਾ ਪੇਪਰ ਆਊਗਾ, ਟਾਈਮ ਤੁਹਾਡੇ ਨਾਲ ਚੱਲੀ ਜਾਊਗਾ ਜੀ। ਅਤੇ ਜੇ ਮੰਨ ਲਓ ਤੁਸੀਂ ਇੱਕ ਸਵਾਲ ਨੂੰ ਛੱਡ ਦਿੰਦੇ ਹੋ, ਨਹੀਂ ਕਰਦੇ, ਰਿਵਿਊ ਕਰਦੇ ਹੋ, ਰੈੱਡ ਹੋ ਜੂਗਾ, ਜੇ ਤੁਸੀਂ ਉਹਨੂੰ ਆਂਸਰ ਦੇ ਦਿੰਦੇ ਹੋ ਹਰਿਆ ਹੋਜੂਗਾ, ਸੇਵ ਐਂਡ ਨੈਕਸਟ ਕਰੋਗੇ, ਉਸ ਤੋਂ ਬਾਅਦ ਹੀ ਤੁਹਾਡਾ ਸਾਰਾ ਕੁਝ ਡਨ ਹੋਣਾ ਵਾ। ਅਤੇ ਬਾਕੀ ਇੱਕ ਡੈਮੋ ਵੀਡੀਓ ਆ ਚੁੱਕੀ ਆ, ਅਤੇ ਆਪਣੇ ਦੂਜਾ ਡੈਮੋ ਵੀਡੀਓ ਇੱਕ ਵਾਰੀ ਵੇਖੋ ਕਿੱਦਾਂ ਤੁਹਾਨੂੰ ਪੇਪਰ ਆ ਰਿਹਾ, ਕਿੱਦਾਂ ਤੁਸੀਂ ਕਰਨਾ ਸਾਰਾ ਕੁਝ, ਉਹਦੇ ਅਕੋਰਡਿੰਗ ਆਪਣੀ ਤਿਆਰੀ ਰੱਖੋ ਜੀ। ਆਲ ਦੀ ਬੈਸਟ ਸਭ ਨੂੰ।